कवन गुण कह कह गावा तेरे कवन कवन गुण कह कह गावा तू साहिब गुणी निधाना तुम्हारी महिमा भरन ना सको तू ठाकुर ऊच भगवाना जियो पाए पिंड जन साजिया दिता पैनना खाना अपने दास की आप पैज राखी नानक सद कुर्बान नानक सद कुर्बान वाहिगुरु तेरे दर उत्ते शरदाना सीस जो चकाउंदा मूह मंगिया मरादा तेरे दरों दा ता पाउंदा मूह मंगिया मरादा तेरे दरों दा ता पाउंदा तुछ पवे दाता दीना तू बचारियां उत्ते तेरी करमा नवाजी बेसहारियां उत्ते तेरी करमा नवाजी बेसहारियां उत्ते तेरे दारे उत्ते शरदाना सीस जो चकाउंदा मूह मंगिया मरादा तेरे दरों दा ता पाउंदा मूह मंगिया मरादा तेरे दरों दा ता पाउंदा तुठ पवे दाता दीना तू विचारियां उत्ते तेरी करमा नवाजी बेसहारियां उत्ते तेरी करमा नवाजी बेसहारियां उत्ते जेड़ा करमा दा मारायो अपने आसरा जीदा कोई ना सहारा योदा अपने टासरा जीदा कोई ना सहारा योदा अपने टासरा ओ करे नजर सवली तू नकार आयुते करे नजर सवली तू नकार आयुते तेरी कर्म नवाजी बेसहारे आयुते तेरी कर्म नवाजी बेसहारे आयुते लालो दीच बैठना पसंद करदा नहीं ओ खादा प्रसाद भगवान दे करदा नहीं ओ खादा प्रसाद भगवान दे करदा बेड़ी डुबदी जो लग गई किनारे उत्ते तेरी करम नवाजी बेसहारे उत्ते तेरी करम नवाजी बेसहारे उत्ते अमृत बाणी हर हर तेरी अमृत बाणी हर हर तेरी सुन सुन होवे परमगत जुगो जुग अटल दिन दुनिया दे मालक साहिब आलम कवर ते छत्र दे मालक बाणी अवतार हाजरा हाजूर सर्व कला भरपूर बाणी के बोहे कल जो के उद्धार करता तन तन साहिब श्री गुरु ग्रंथ साहिब जी दी पावन पवित्र निगी गोद दा आनंद मान रहे सतसंगी जनो गुरदेव पातशाह महाराज जी ने रहमत कीती बिन भागा सत संग ना लभे बिन संगत मैं परिजा जियो गुरदेव पातशाह महाराज जी दा ओट आसरा तक रहा सतसंगी जनो आओ कलगी वाले पातशाह महाराज जी ने जो नाता जो सांझ साडे विच बख्शिश कीती है उस नु दोहराउण दा यतन करिए मैं अपने रहिंदे समय अंदर रह के एक कविता कह के खिमा दे जाच पिया ਸ਼ਰਧਾ ਕਥਨ ਅਸੀਂ ਖਾਲਸੇ ਉਸ ਅਕਾਲ ਦੇ ਹਾਂ ਅਸੀਂ ਖਾਲਸੇ ਉਸ ਅਕਾਲ ਦੇ ਹਾਂ ਉਹ ਤੇਗਾ ਤੇ ਨੱਚਣਾ ਆਉਂਦਾ ਹੈ ਚੜ ਸੂਲੀ ਢੋਲੇ ਗਾਉਂਦੇ ਹਾਂ ਉਹ ਜੈ ਹਿੰਦ ਦਾ ਨਾਰਾ ਸਾਡਾ ਨਹੀਂ ਅਸੀਂ ਤੇ ਗੱਜ ਕੇ ਫਤਿਹ ਬੁਲਾਉਂਦੇ ਹਾਂ ਆਓ ਚਕਾਓ ਸੀਸ ਗਰਜਵੀ ਆਵਾਜ਼ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਮਾਂ ਨਸੀਬ ਹੋਇਆ 10 ਮਿੰਟ ਦਾ, ਜਿਹਦੇ ਵਿੱਚੋਂ 5-4 ਮਿੰਟ ਗੁਜ਼ਰ ਚੁੱਕੇ ਨੇ ਔਰ 5 ਮਿੰਟ ਬਾਕੀ ਨੇ। ਆਓ ਮੈਂ ਆਪ ਜੀ ਦੇ ਚਰਨਾਂ ਅੰਦਰ ਇੱਕ ਕਵਿਤਾ ਕਹਿ ਕੇ ਖਿਮਾ ਤੇ ਜਾਚਕ ਹੋ ਜਾਣਾ। ਇਤਿਹਾਸ ਦੀ ਕਦਰ ਕਰਦੇ ਹਾਂ ਸਰਦਾਰ ਧਰਮ ਸਿੰਘ ਜੀ, ਸਤਿਕਾਰ ਆਇਆ ਹੈ, ਔਰ ਸਰਦਾਰ ਸਰਬਜੀਤ ਸਿੰਘ ਜੀ ਜੋ ਸਟੇਜ ਦੇ ਸੰਚਾਲਕ ਨੇ, ਬੱਚਿਆਂ ਦੇ ਨਾਲ ਬੜਾ ਪਿਆਰ ਕਰਦੇ ਨੇ। ਸਾਧ ਸੰਗਤ ਸਾਡਾ ਵਰਿਆ ਪ੍ਰੋਗਰਾਮ ਸੀ, ਇਹਨਾਂ ਨੇ ਸ਼ਰਵਣ ਕੀਤਾ ਸੀ ਤੇ ਆਸ਼ੀਰਵਾਦ ਦੇ ਕੇ ਆਖਣ ਲੱਗੇ ਬੱਚੇ ਉੱਥੇ ਵੀ ਤੁਹਾਡੇ 10-5 ਮਿੰਟ ਜਿੰਨਾ ਕੁ ਸਮਾਂ ਹੋਇਆ ਜ਼ਰੂਰ ਲਵਾਵਾਂਗੇ, ਆਇਓ ਜ਼ਰੂਰ। ਸੋ ਇਹਨਾਂ ਨੇ ਕਿਰਪਾ ਕੀਤੀ, ਰੱਬ ਵਰਗੀ ਸੰਗਤ ਦੇ ਦਰਸ਼ਨ ਦਾਰੇ ਕਰਵਾਏ ਨੇ। ਆਓ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਆਪਣੀਆਂ ਸੁਰਤੀਆਂ ਬਿਰਤੀਆਂ ਲੈ ਚਲੋ ਸ੍ਰੀ ਅਨੰਦਪੁਰ ਸਾਹਿਬ, ਜਿੱਥੇ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਦੀਨ ਦੁਨੀਆਂ ਦੇ ਮਾਲਕ ਪਾਤਸ਼ਾਹ ਮਹਾਰਾਜ ਜੀ ਦੀ ਉਮਰ 9 ਸਾਲ ਦੀ ਹੈ। ਔਰ ਸਾਧ ਸੰਗਤ ਇੱਧਰ ਹਿੰਦੂ ਲੋਕ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਕੋਲੋਂ ਆਪਣੇ ਬਾਬਤ ਆਏ ਨੇ, ਮੇਰੇ ਪਾਤਸ਼ਾਹ ਸਾਡੀ ਲਾਜ ਰੱਖ ਲੈ। ਉੱਥੇ 9 ਸਾਲ ਦੀ ਉਮਰ ਧੰਨ ਗੁਰੂ ਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੀ ਹੈ, ਉਹਨਾਂ ਨੇ ਬਚਨ ਕੀਤਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਲ ਇੱਕ ਦੁਖੀਏ ਕਿਸ ਦੇ ਸਤਾਏ ਹੋਏ ਨੇ। ਯਾਦ ਰੱਖੋ, ਦੱਸਿਆ ਮੈਂ ਜ਼ਿਆਦਾ ਲੈਕਚਰ ਤਾਂ ਨਹੀਂ ਕਰਿਆ, ਸਮਾਂ ਸੀਮਿਤ ਹੈ। ਉਸ ਤੋਂ ਬਾਅਦ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜਿਹੜੇ ਹਿੰਦ ਦੀ ਚਾਦਰ ਬਣੇ ਨੇ, ਯਾਦ ਰੱਖੋ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦਾ ਆਸਰਾ ਤੱਕਣ ਵਾਲੇ 9ਵੇਂ ਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ। ਹਿੰਦੂਆਂ ਦੀ ਰਖਵਾਲੀ ਵਾਸਤੇ ਆਖ ਦਿੱਤਾ, ਜਾਓ ਜਾ ਕੇ ਔਰੰਗੇ ਨੂੰ ਕਹਿ ਦਿਓ ਜੇਕਰ ਸਾਡਾ ਗੁਰੂ ਈਨ ਮੰਨ ਲਵੇਗਾ ਮੁਸਲਮਾਨ ਹੋ ਜਾਵੇਗਾ, ਅਸੀਂ ਵੀ ਮੁਸਲਮਾਨ ਹੋ ਜਾਵਾਂਗੇ। ਜਾ ਕੇ ਇਸੇ ਤਰੀਕੇ ਨਾਲ ਦੱਸਿਆ ਹਿੰਦੂ ਲੋਕਾਂ ਨੇ, ਔਰ ਕਸ਼ਮੀਰੀ ਪੰਡਿਤ ਖੁਸ਼ ਹੋਏ ਨੇ। ਦੱਸਣ ਤੋਂ ਉਪਰੰਤ ਸਾਧ ਸੰਗਤ ਇੱਧਰ 9ਵੇਂ ਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਲੈ ਕੇ 5 ਸਿੱਖਾਂ ਨੂੰ ਨਾਲ ਇਹ ਆਗਰੇ ਪਹੁੰਚੇ ਨੇ। ਆਗਰੇ 2 ਘਰ ਨੇ, ਇੱਕ ਔਰੰਗਾ ਉੱਥੇ ਸੀ ਔਰ ਦੂਜਾ ਇੱਕ ਮਾਈ ਨੇ ਪੁਸ਼ਾਕ ਮੇਰੇ ਪਾਤਸ਼ਾਹ ਮਹਾਰਾਜ ਜੀ ਦੇ ਵਾਸਤੇ ਰੱਖੀ ਹੋਈ ਸੀ। ਉਹਦੇ ਦਿਲ ਅੰਦਰ ਤਾਨਾ ਸੀ, ਮੇਰੇ ਪਾਤਸ਼ਾਹ ਜਦੋਂ ਆਓ ਤੇ ਮੈਂ ਆਪ ਜੀ ਦੇ ਹੱਥਾਂ ਨਾਲ ਆਪ ਜੀ ਦੇ ਚਰਨਾਂ ਵਿੱਚ ਇਹ ਪੁਸ਼ਾਕ ਭੇਟਾ ਕਰ ਸਕਾਂ। ਉਧਰ ਦਿੱਲੀ ਵਿੱਚੋਂ ਆਵਾਜ਼ ਸਿਪਾਹੀਆਂ ਨੂੰ ਭੇਜੀ ਕੇ ਜਾਓ, ਜਾ ਕੇ ਤੁਸੀਂ 9ਵੇਂ ਗੁਰੂ ਨੂੰ ਗ੍ਰਿਫਤਾਰ ਕਰਕੇ ਲਿਆਓ। ਇੱਧਰ ਸਿਪਾਹੀ ਅਨੰਦਪੁਰ ਆਏ ਨੇ, ਅਨੰਦਪੁਰ ਆਇਆ ਤੋਂ ਕੁਝ ਨਾ ਪ੍ਰਾਪਤ ਹੋਇਆ ਕਿਉਂਕਿ ਗੁਰੂ ਤੇਗ ਬਹਾਦਰ ਆਗਰੇ ਆਏ ਸਨ। ਇਹ ਮੁੜ ਗਏ ਨੇ, ਔਰੰਗੇ ਡਰ ਕੇ ਆਖਿਆ ਕਿ ਕੋਈ ਕਾਰਾ ਨਾ ਹੋ ਜਾਵੇ, ਉਹਨੂੰ ਇਨਾਮ ਦਿੱਤਾ ਜਾਵੇਗਾ ਜਿਹੜੇ 9ਵੇਂ ਗੁਰੂ ਨੂੰ ਫੜ ਕੇ ਲੈ ਕੇ ਆਵੇਗਾ। ਇੱਕ ਸਿੱਖ ਦੇ ਘਰ ਮੇਰੇ ਪਾਤਸ਼ਾਹ ਮਹਾਰਾਜ ਜੀ ਉਸ ਗਰੀਬ ਦੇ ਸਿੱਖ ਕੋਲ ਗਏ, ਉੱਥੋਂ ਗ੍ਰਿਫਤਾਰ ਹੋਏ ਨੇ। ਔਰ ਇੱਥੇ ਦਿੱਲੀ ਲਾਹੌਰ ਦਿੱਲੀ ਚਾਂਦਨੀ ਚੌਂਕ ਵਿੱਚ ਲਿਆਂਦਾ ਗਿਆ ਹੈ। ਸਾਧ ਸੰਗਤ ਸਵਾਲਾਂ ਦੇ ਜਵਾਬ ਹੋਏ ਨੇ, ਮੇਰੇ ਪਾਤਸ਼ਾਹ ਮਹਾਰਾਜ ਜੀ ਨੂੰ ਪਿੰਜਰੇ ਦੇ ਵਿੱਚ ਕੀਤਾ ਹੈ ਬੰਦ, ਤੇ ਸਾਧ ਸੰਗਤ ਸੀਤਲ ਪ੍ਰਸ਼ਾਦ ਬਾਬਾ ਮਤੀ ਦਾਸ ਜੀ ਨੇ ਛਕਿਆ ਹੈ, 5 ਸਿੱਖ ਭਾਈ ਦਿਆਲਾ ਜੀ ਨਾਲ ਨੇ ਔਰ ਹੋਰ ਸਿੱਖ ਨੇ। ਯਾਦ ਰੱਖੋ ਜਦੋਂ ਮਤੀ ਦਾਸ ਜੀ ਨੇ 9ਵੇਂ ਗੁਰੂ ਨੂੰ ਤੱਕਿਆ ਨਾ, ਸੀਨੇ ਅੱਗ ਲੱਗ ਗਈ, ਅੱਖ ਲੱਗਾ ਪਾਤਸ਼ਾਹ ਇੱਕ ਵਾਰ ਹੁਕਮ ਕਰੋ, ਇਹਨਾਂ ਨਾਲ ਦੋ ਹੱਥ ਹੋ ਕੇ ਵੇਖ ਲਈਏ। ਯਾਦ ਰੱਖੋ ਮਤੀ ਦਾਸ ਨੂੰ ਮੇਰੇ ਪਾਤਸ਼ਾਹ ਮਹਾਰਾਜ ਜੀ ਨੇ ਰੁਕਿਆ, ਜਦੋਂ ਰੁਕਿਆ ਇੱਧਰ ਟੁਕੜ ਬੋਜ ਨੇ ਜਾ ਕੇ ਔਰੰਗੇ ਨੂੰ ਦੱਸਿਆ ਏ, ਔਰੰਗੇ ਨੇ ਪੈਂਦਾ ਲੈਂਦਾ ਐਲਾਨ ਕਰ ਦਿੱਤਾ ਕਿ ਮਤੀ ਦਾਸ ਨੂੰ ਆਰੇ ਦੇ ਨਾਲ ਚੀਰਿਆ ਜਾਏ। ਆਰੇ ਦੇ ਨਾਲ ਚੀਰਨ ਦਾ ਐਲਾਨ ਹੋਇਆ, ਯਾਦ ਰੱਖੋ ਔਰੰਗੇ ਦੇ ਕਹਿਣ ਤੇ ਜਦੋਂ ਆਰੇ ਦੇ ਨਾਲ ਚੀਰਨ ਦਾ ਐਲਾਨ ਹੋਇਆ ਨਾ, ਸਾਧ ਸੰਗਤ ਦੋ ਫਾੜ ਕਰਨ ਵਾਸਤੇ ਹੁਕਮ ਹੋ ਗਿਆ, ਤੇ ਬਾਬਾ ਮਤੀ ਦਾਸ ਜੀ ਨੂੰ ਆਰੇ ਦੇ ਚੀਰਨ ਦਾ ਜਦੋਂ ਐਲਾਨ ਹੋਇਆ ਨਾ, ਫੱਟੇ ਦੇ ਨਾਲ ਬੰਨ ਦਿੱਤਾ ਗਿਆ। ਜਦੋਂ ਆਰਾ ਸਿਰ ਤੇ ਰੱਖਿਆ ਏ ਮਤੀ ਦਾਸ ਨੂੰ, ਜਲਾ ਦੱਖ ਲੱਗਾ, ਦੱਸ ਕੀ ਹੁਕਮ ਹੈ, ਕੀ ਮੰਗਣ ਹੈ ਤੇਰੀ ਕੋਈ ਤੇ ਮੰਗ। ਅੱਖ ਲੱਗਾ ਹੈ, ਪਹਿਲੀ ਗੱਲ ਤੇ ਮੇਰਾ ਜਦੋਂ ਮੈਂ ਸ਼ਹੀਦ ਹੋਵਾਂ ਮੇਰਾ ਮੁਖੜਾ ਮੇਰੇ ਗੁਰੂ ਵੱਲ ਹੋਣਾ ਚਾਹੀਦਾ ਏ, ਦੂਜੀ ਗੱਲ ਚੀਰ ਜਲਾਦਾ ਸਿੱਧਾ ਪਾਈ ਕਿਉਂਕਿ ਮੈਂ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਵਿੱਚ ਜਾਣਾ, ਕਿਤੇ ਉਹ ਨਾ ਸਮਝ ਲੈਣ ਕਿਤੇ ਮੇਰਾ ਸਿੱਖ ਡੋਲ ਗਿਆ। ਆਓ ਬਾਬਾ ਮਤੀ ਦਾਸ ਜੀ ਦੇ ਨਾਲ ਜੋ ਸਵਾਲ ਜਵਾਬ ਹੋ ਰਹੇ ਨੇ ਇਉਂ ਬੈ। ਜਦੋਂ ਪਾਵਾਂ ਸ਼ਹੀਦੀ ਖਾਸ਼ ਮੇਰੀ ਉਹ ਮੇਰਾ ਮੁਖ ਗੁਰ ਪਿੰਜਰੇ ਵੱਲ ਹੋਵੇ, ਜਦੋਂ ਪਾਵਾਂ ਸ਼ਹੀਦੀ ਖਾਸ਼ ਮੇਰੀ ਉਹ ਮੇਰਾ ਮੁਖ ਗੁਰ ਪਿੰਜਰੇ ਵੱਲ ਹੋਵੇ, ਜਦੋਂ ਪਾਵਾਂ ਸ਼ਹੀਦੀ ਖਾਸ਼ ਮੇਰੀ ਉਹ ਮੇਰਾ ਮੁਖ ਗੁਰ ਪਿੰਜਰੇ ਵੱਲ ਹੋਵੇ, ਭਾਈ ਸਤਿਗੁਰ ਸੰਗ ਪ੍ਰੀਤ ਮੇਰੀ ਮੇਰੇ ਨਾਲ ਸਵਾਸਾਂ ਬਜਾਵੇ, ਮੇਰੇ ਨਾਲ ਸਵਾਸਾਂ ਬਜਾਵੇ, ਮੇਰੇ ਨਾਲ ਸਵਾਸਾਂ ਬਜਾਵੇ, ਮਨ ਪਾਪੀ
जय ना डोल किते करिया अरदासान बजावे करिया अरदासान बजावे करिया अरदासान बजावे इस तन दे ठीकरा भज जाना ओदा पाना सदा अटल होवे जदों पावा शहीदी खास मेरी ओ मेरा मुख गुर पिंजरे वल होवे जदों पावा शहीदी खास मेरी ओ मेरा मुख गुर पिंजरे वल होवे तिखा कर ले आरे नू मन अपना तेज भी कर ला मैं मन अपना तेज भी कर ला मैं मन अपना तेज भी कर ला मैं जो मर के जूना दस दिए सतगुर दी बाणी पढ़ ला मैं सतगुर दी बाणी पढ़ ला मैं सतगुर दी बाणी पढ़ ला मैं जद पाठ कर लवा जप जी दा जद पाठ कर लवा जप जी दा उदो पंछी पिंजरे ओ चल होवे जदों पावा शहीदी खास मेरी ओ मेरा मुख गुर पिंजरे वल होवे जदों पावा शहीदी खास मेरी ओ मेरा मुख गुर पिंजरे वल होवे मैनू उजर कोई ना तेरे ते सतगुर दा पाना मनना है सतगुर दा पाना मनना है सतगुर दा पाना मनना है जग आया रहन परौना जो जग आया रहन प्रौना जो सुबह होई ते हर एक चलना है सुबह होई ते हर एक चलना है सुबह होई ते हर एक चलना है खबरे इस दास न माने ते खबरे इस दास न माने ते चरना विच उस दी पल होवे जदों पावा शहीदी खास मेरी ओ मेरा मुख गुर पिंजरे वल होवे जदों पावा शहीदी खास मेरी ओ मेरा मुख गुर पिंजरे वल होवे भाग जलाता मेरे ने जे लाड़ी मौत परना जावा जे लाड़ी मौत परना जावा जे लाड़ी मौत परना जावा जे जल विच ज्यो जल विच छल समा जांदी देओ जल विच छल समा जांदी देओ सतगुर संग समा जावा देओ सतगुर संग समा जावा देओ सतगुर संग समा जावा कोई होर पटकना दिल दी ना कोई होर पटकना दिल दी ना बस ये हो एक मसला हल होवे जदों पावा शहीदी खास मेरी ओ मेरा मुख गुर पिंजरे वल होवे जदों पावा शहीदी खास मेरी ओ मेरा मुख गुर पिंजरे वल होवे कदर करदे आ साडे अति सत्कारयोग सरदार हरजिंदर सिंह जी साबका सरपंच कनेडा वाले उन्हां वालों बच्चों नूं आशीर्वाद आया साडे बहुत ही सत्कारयोग उस्तादां दी दुनिया विचों उस्ताद ज्ञानी लखबीर सिंह जी मस्त ज्ञानी नरवैल सिंह जी आओ समुचे जथे वालों बच्चों नूं आशीर्वाद आया धन्नवाद करदा हां बयान संगत ने आशीर्वाद भेजिया दित्ता होया समां समाप्त है साडे नाल फतेह बुलाओ आउण वाले जथे नूं ज्यों आया साडे नाल दे साथियों नूं कुछ हरजेवां सी उन्हां दा टेस्ट सी इस करके दो नाल दे नहीं आ सके मैं वीर
ਨੂੰ ਬੇਨਤੀ ਕੀਤੀ ਆਏ ਨੇ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਸਿਖਾਉਣ ਵਾਸਤੇ ਨਹੀਂ ਸਿੱਖਣ ਵਾਸਤੇ ਆਉਣੇ ਆਓ ਸਰਬੱਤ ਸੰਗਤ ਆਖੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਪ੍ਰਬੰਧ ਖਜ਼ਾਨਾ ਦਾ ਤਹਿ ਦਿਲੀ ਧੰਨਵਾਦ ਧੰਨਵਾਦ ਕਰਦੇ ਹਾਂ ਸਰਦਾਰ ਸਰਬਜੀਤ ਸਿੰਘ ਜੀ ਦਾ ਜੋ ਨਾਲ ਸਾਧ ਸੰਗਤ ਦੀ ਸੇਵਾ ਕਰਦੇ ਨਾਲ ਨਾਲ ਸਟੇਜ ਦੀ ਡਿਊਟੀ ਨਿਭਾਉਂਦੇ ਨੇ ਕਹਿੰਦੇ ਕਿ ਸ਼ੋਭਾ ਨਹੀਂ ਦੇਖਾ ਹੀ ਪ੍ਰਵਾਨ ਬਲਾਉ ਫਤਿਹ ਉਸਤਾਦ ਪਿਤਾ ਭਾਈ ਕਰ ਸਿੰਘ ਜੀ ਦਾਸ ਪ੍ਰਦੀਪ ਸਿੰਘ ਜੀ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ